म्युनिसिपल कमेटी ने चोणां नूं लै के हलका जलालाबाद दे विच वोटिंग दा दौर सवेरे 8 बजे शुरू हो गया है और जो ठंड दा माहौल भी है बहुत है, धुंध दे विच लोग वोटां पा रहे हैं। पर जिस तरीके नाल पिछले दिन ही हलका जलालाबाद दे विच गर्मजोशी अकाली दल कांग्रेस अते आम पार्टी दे नाल होया सी, उस दे हिसाब नाल इस टाइम बिल्कुल शांतमई ढंग दे नाल लोग अपनी वोट का इस्तेमाल कर रहे हैं और असी नाल ही तुहानूं दिखाने आ कि लोग किस तरीके नाल अपनी वोटां पोल कर रहे हैं। असी नाल गलबात भी करांगे उन्हां वोटरां दे नाल अते उन्हां नूं ते और नाल असी गल करदे आ कि जिहड़े इत्थों दे आम पार्टी दे जो उन्हां एमसी दे इलैक्शन ते खड़े हन उन्हां नाल असी गलबात करदे आ। ਭਾਜੀ ਕਿਸ ਤਰੀਕੇ ਦਾ ਮਾਹੌਲ ਹੈ ਵੋਟਿੰਗ ਨੂੰ ਲੈ ਕੇ? ਬਹੁਤ ਵਧੀਆ ਮਾਹੌਲ ਹੈ ਜੀ, ਕੋਈ ਕਿਸੇ ਤਰ੍ਹਾਂ ਦੀ ਸਿਰਦਰਦੀ ਨਹੀਂ, ਬਿਲਕੁਲ ਠੀਕ ਤਰ੍ਹਾਂ ਸ਼ੁਰੂ ਹੋਇਆ ਅਤੇ ਮੈਨੂੰ ਉਮੀਦ ਹੈ ਬੰਦ ਵੀ ਠੀਕ ਤਰ੍ਹਾਂ ਹੋਊਗਾ। ਅਤੇ ਜਿਸ ਤਰੀਕੇ ਦੇ ਨਾਲ ਮਾਹੌਲ ਗਰਮਾਇਆ ਹੋਇਆ ਸੀ ਔਰ ਪ੍ਰਸ਼ਾਸਨ ਦਾ ਕਿਸ ਤਰੀਕੇ ਦਾ ਸਹਿਯੋਗ ਹੈ? ਪ੍ਰਸ਼ਾਸਨ ਬਿਲਕੁਲ ਠੀਕ ਤਰੀਕੇ ਨਾਲ ਪੇਸ਼ ਆ ਰਿਹਾ ਅਤੇ ਜੇ ਪ੍ਰਸ਼ਾਸਨ ਇਸੇ ਤਰ੍ਹਾਂ ਠੀਕ ਤਰ੍ਹਾਂ ਚੱਲਦਾ ਰਿਹਾ ਪੂਰੀ ਦਿਹਾੜੀ ਤਾਂ ਇਲੈਕਸ਼ਨ ਠੀਕ ਹੋਏਗਾ। ਇਸੇ ਤਰੀਕੇ ਨਾਲ ਜੇ ਪੁਲਿਸ ਪ੍ਰਸ਼ਾਸਨ ਆਪਣਾ ਤਨਦੇਹ ਦੇ ਨਾਲ ਡਿਊਟੀ ਨਿਭਾਉਂਦਾ ਹੀ ਰਹੇਗਾ ਤਾਂ ਬਹੁਤ ਵਧੀਆ। ਔਰ ਵੀ ਅਸੀਂ ਲੋਕਾਂ ਦੇ ਨਾਲ ਗੱਲਬਾਤ ਕਰਦੇ ਹਾਂ ਅਤੇ ਨਾਲ ਤੁਹਾਨੂੰ ਅਸੀਂ ਅੰਦਰ ਦੇ ਮਾਹੌਲ ਦਿਖਾਉਂਦੇ ਹਾਂ ਕਿ ਕਿਸ ਤਰੀਕੇ ਲੋਕ ਵੋਟ ਦਾ ਆਪਣੇ ਪਾ ਰਹੇ ਹਨ ਔਰ ਵੋਟਰਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ। ਕਿਸ ਤਰੀਕੇ ਦਾ ਮਾਹੌਲ ਹੈ ਕਿ ਵੋਟਿੰਗ ਨੂੰ ਪਾ ਕੇ ਤੁਹਾਡੇ ਹਿਸਾਬ ਨਾਲ? ਬਹੁਤ ਵਧੀਆ ਮਾਹੌਲ ਹੈ ਜੀ। ਕਿ ਜਿਸ ਤਰੀਕੇ ਦਾ ਪਿਛਲੇ ਦਿਨਾਂ ਦੇ ਵਿੱਚ ਜੋ ਅਕਾਲੀ ਦਲ ਅਤੇ ਕਾਂਗਰਸ ਦਾ ਮਾਹੌਲ ਗਰਮਾਇਆ ਸੀ ਉਸ ਹਿਸਾਬ ਦੇ ਨਾਲ ਹੁਣ ਤੁਹਾਨੂੰ ਕਿਸ ਤਰੀਕੇ ਦਾ? ਬਹੁਤ ਅੱਛਾ ਮਾਹੌਲ ਹੈ ਜੀ। ਪੁਲਿਸ ਪ੍ਰਸ਼ਾਸਨ ਦਾ ਸਹਿਯੋਗ? ਬਹੁਤ ਵਧੀਆ ਜੀ। ਹੋਰ ਵੀ ਅਸੀਂ ਲੋਕਾਂ ਦੇ ਨਾਲ ਗੱਲ ਕਰਦੇ ਹਾਂ, ਤੁਹਾਡਾ ਕੀ ਕਹਿਣਾ ਹੈ ਜੀ? ਬਹੁਤ ਵਧੀਆ ਮਾਹੌਲ ਹੈ ਜੀ, ਸ਼ਾਂਤਮਈ ਵੋਟ ਪੈ ਰਹੀਆਂ ਜੀ। ਅਤੇ ਪੁਲਿਸ ਪ੍ਰਸ਼ਾਸਨ ਦਾ ਕਿਸ ਤਰੀਕੇ ਦਾ? ਬਹੁਤ ਵਧੀਆ ਅਟੈਂਡ ਕਰ ਰਿਹਾ ਜੀ, ਉਹ ਸਹਿਯੋਗ ਦੇ ਰਿਹਾ ਸਭ ਨੂੰ। ਕਿਸੇ ਤਰੀਕੇ ਦੀ ਕੋਈ ਪ੍ਰੋਬਲਮ? ਫਿਲਹਾਲ ਤਾਂ ਕੋਈ ਪ੍ਰੋਬਲਮ ਨਹੀਂ ਹੈ ਜੀ। ਹੋਰ ਕਿਸੇ ਤਰੀਕੇ ਦੀ ਕੋਈ ਪ੍ਰੋਬਲਮ ਨਹੀਂ ਹੈ, ਲੋਕ ਆਪਣੀ ਵੋਟ ਦਾ ਇਸਤੇਮਾਲ ਕਰ ਰਹੇ ਹਨ। ਮੈਂ ਕੈਮਰਾਮੈਨ ਨੂੰ ਕਹਾਂਗਾ ਅੰਦਰ ਆ ਜਾਓ, ਅਸੀਂ ਤੁਹਾਨੂੰ ਹੋਰ ਤਸਵੀਰਾਂ ਦਿਖਾਉਂਦੇ ਹਾਂ ਕਿ ਲੋਕ ਕਿਸ ਤਰੀਕੇ ਨਾਲ ਆਪਣੀ ਵੋਟ ਦਾ ਇਸਤੇਮਾਲ ਕਰ ਰਹੇ ਹਨ। ਔਰ ਨਾਲ ਅਸੀਂ ਸਾਡੀਆਂ ਭੈਣਾਂ ਹਨ, ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਕਿ ਉਹਨਾਂ ਨੂੰ ਕਿਸ ਤਰੀਕੇ ਦਾ ਮਾਹੌਲ ਲੱਗ ਰਿਹਾ। ਭੈਣ ਜੀ, ਤੁਸੀਂ ਵੋਟ ਪੋਲ ਕਰਨ ਆਏ, ਕਿਸ ਤਰੀਕੇ ਦਾ ਮਾਹੌਲ ਲੱਗ ਰਿਹਾ ਤੁਹਾਨੂੰ? ਬਹੁਤ ਸ਼ਾਂਤੀਪੂਰਵਕ ਲੱਗ ਰਿਹਾ। ਅਤੇ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਕਿਸ ਤਰੀਕੇ ਦਾ ਮਿਲ ਰਿਹਾ? ਬਹੁਤ ਅੱਛਾ ਸਰ। ਜਿਸ ਤਰੀਕੇ ਜਲਾਲਾਬਾਦ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਮਾਹੌਲ ਗਰਮਾਇਆ ਸੀ ਉਸ ਹਿਸਾਬ ਦੇ ਨਾਲ ਹੁਣ ਕਿਸ ਤਰੀਕੇ ਦਾ ਲੱਗ ਰਿਹਾ? ਸ਼ਾਂਤੀਪੂਰਵਕ ਹੈ। ਔਰ ਲੋਕਾਂ ਦਾ ਕਹਿਣਾ ਹੈ ਕਿ ਬਿਲਕੁਲ ਸ਼ਾਂਤੀਪੂਰਵਕ ਦੇ ਮਾਹੌਲ ਦੇ ਨਾਲ ਵੋਟ ਪੋਲ ਕੀਤੀ ਜਾ ਰਹੀ ਹੈ ਔਰ ਅਸੀਂ ਤੁਹਾਨੂੰ ਅੰਦਰ ਵੀ ਦਿਖਾਉਂਦੇ ਹਾਂ ਕਿ ਕਿਸ ਤਰੀਕੇ ਆਪਣੇ ਬੜੇ ਸ਼ਾਂਤਮਈ ਢੰਗ ਦੇ ਨਾਲ ਵੋਟਿੰਗ ਹੋ ਰਹੀ ਹੈ ਔਰ ਡਿਪਾਰਟਮੈਂਟ ਔਰ ਸਾਰੇ ਜਣੇ ਆਪਣੀ ਆਪਣੀ ਡਿਊਟੀ ਤਨਦੇਹੀ ਨਾਲ ਨਿਭਾ ਰਹੇ ਹਨ ਅਤੇ ਨਾਲ ਅਸੀਂ ਜੋ ਇੱਥੋਂ ਦੇ ਹੁਣ ਅਜ਼ਰ ਉਹਨਾਂ ਦੀ ਡਿਊਟੀ ਲੱਗੀ ਹੈ ਉਹਨਾਂ ਤੋਂ ਜਾਣਦੇ ਹਾਂ ਕਿ ਇਸ ਤਰੀਕੇ ਹੁਣ ਤੱਕ ਕਿਸ ਤਰੀਕੇ ਦਾ ਉਹਨਾਂ ਨੂੰ ਸਹਿਯੋਗ ਮਿਲਿਆ। ਸਰ, ਕਿਸ ਤਰੀਕੇ ਦਾ ਹੁਣ ਤੱਕ ਦੀ ਜਿਹੜੀ ਵੋਟਿੰਗ ਹੋਈ ਹੈ ਉਹਦਾ ਜਿਸ ਹਿਸਾਬ ਨਾਲ ਜਲਾਲਾਬਾਦ ਦੇ ਵਿੱਚ ਹੱਲਾ ਗੁਲਾ ਦੀ ਪਿੱਛੇ ਜੇ ਖਬਰਾਂ ਚੱਲੀਆਂ ਤਾਂ ਉਸ ਹਿਸਾਬ ਨਾਲ ਹੁਣ ਤੱਕ ਕਿਸ ਤਰੀਕੇ ਦਾ ਲੱਗ ਰਿਹਾ? ਨਹੀਂ, ਬਿਲਕੁਲ ਸਹੀ ਲੱਗ ਰਿਹਾ ਜੀ, ਬਹੁਤ ਵਧੀਆ ਸ਼ਾਂਤੀਪੂਰਵਕ ਪੋਲਿੰਗ ਹੋ ਰਹੀ ਹੈ ਜੀ। ਔਰ ਪੁਲਿਸ ਪ੍ਰਸ਼ਾਸਨ ਦਾ ਕਿਸ ਤਰੀਕੇ ਦਾ? ਬਹੁਤ ਵਧੀਆ ਜੀ, ਵਧੀਆ ਪ੍ਰਬੰਧ ਆ ਜੀ ਪ੍ਰਸ਼ਾਸਨ ਦਾ। ਹੁਣ ਜੀ ਸਾਡੇ ਕੋਲ 14% ਪੋਲਿੰਗ ਹੋ ਗਈ ਜੀ, 1047 ਵੋਟਾਂ ਨੇ ਅਤੇ ਉਹ 'ਚੋਂ 150 ਪੋਲ ਹੋ ਗਈ। 150 ਪੋਲ? ਹਾਂਜੀ, ਬਹੁਤ ਵਧੀਆ ਤਰੀਕੇ ਦੇ ਨਾਲ ਇੱਥੇ ਵੋਟਿੰਗ ਪੋਲ ਹੋ ਰਹੀ ਹੈ ਔਰ ਬਹੁਤ ਵਧੀਆ ਇਸ ਟਾਈਮ ਤੱਕ ਯਾਨੀ ਕਿ ਜੋ 14% ਦੇ ਹਿਸਾਬ ਨਾਲ ਯਾਨੀ ਕਿ ਵੋਟ ਪੋਲ ਹੋ ਚੁੱਕੀ ਹੈ। ਅਤੇ ਨਾਲ ਹੀ ਅਸੀਂ ਤੁਹਾਨੂੰ ਇਹ ਵੀ ਦੱਸ ਦਈਏ ਕਿ ਜੇ ਇਸ ਦੀ ਕੋਈ ਵੀ ਕਿਸੇ ਤਰੀਕੇ ਦੀ ਪਲ ਪਲ ਦੀ ਖਬਰ ਸਾਂਝ ਟੀਵੀ 'ਤੇ ਤੁਸੀਂ ਹਰ ਵਕਤ ਤੁਸੀਂ ਨਾਲ ਦੀ ਨਾਲ ਦੇਖ ਸਕਦੇ ਹੋ ਔਰ ਅਸੀਂ ਤੁਹਾਨੂੰ ਵੀ ਇੱਕ ਇੱਕ ਖਬਰ ਇੱਕ ਇੱਕ ਚੀਜ਼ ਤੁਹਾਨੂੰ ਹਰ ਟਾਈਮ ਅਸੀਂ ਦਿਖਾਉਂਦੇ ਰਵਾਂਗੇ। ਜਲਾਲਾਬਾਦ ਤੋਂ ਬਲਜੀਤ ਸਿੰਘ ਮੱਲੀ ਦੀ ਰਿਪੋਰਟ। ਉਮੀਦ ਦੀ ਆਖਰੀ ਕਿਰਨ, ਮੀਆਂ ਰਹਿਮਤ ਅਲੀ, ਵਸ਼ੀਕਰਨ ਸਪੈਸ਼ਲਿਸਟ। ਹਰ ਜਗ੍ਹਾ ਤੋਂ ਨਿਰਾਸ਼ ਲੋਕ ਇੱਕ ਵਾਰ ਜ਼ਰੂਰ ਫੋਨ ਕਰੋ। ਸਪੈਸ਼ਲਿਸਟ ਲਵ ਮੈਰਿਜ ਲੋਟਰੀ ਨੰਬਰ, ਪਤੀ ਪਤਨੀ ਚ ਅਨਵਨ, ਮਨ ਚਾਹਾ ਪਿਆਰ, ਸੱਸ ਨੂੰ ਦਾ ਕਲੇਸ਼, ਨੌਕਰੀ ਕਾਰੋਬਾਰ ਚ ਘਾਟਾ, ਕੋਰਟ ਕਚਹਿਰੀ, ਕਰਜ਼ੇ ਤੋਂ ਛੁਟਕਾਰਾ, ਕਿੱਤਾ ਕਰਾਇਆ, ਸ਼ੋਤਨ ਦੁਸ਼ਮਣ ਤੋਂ ਛੁਟਕਾਰਾ, ਵਿਦੇਸ਼ ਯਾਤਰਾ, ਪੀਆਰ ਲਈ ਸੰਪਰਕ ਕਰੋ। ਵਰਲਡ ਫੇਮਸ ਮੀਆਂ ਰਹਿਮਤ ਅਲੀ, ਮੋਬਾਈਲ ਨੰਬਰ +91 7872 4565।